ਮੇਰਾ ਨਾਂ ਉਹਨਾਂ ਨੂੰ ਪਸੰਦ ਆ, ਜਾਂ ਤਾਂ ਵਾਰ ਵਾਰ ਉਹ ਮੇਰਾ ਨਾਂ ਜ਼ਰੂਰ ਉਹ ਲੈਂਦੇ ਰਹਿੰਦੇ ਆ, ਚੰਗੀ ਗੱਲ ਆ। ਪਰ ਮੈਂ ਬੜਾ ਅੱਜ ਸੁਣ ਕੇ, ਕਿਉਂਕਿ ਸਾਨੂੰ ਤਾਂ ਸਾਰੇ ਐਮ ਪੀਆਂ ਨੂੰ ਓਪੋਜੀਸ਼ਨ ਨੇ ਕੱਢਿਆ, ਪਰ ਉਹਨਾਂ ਨੂੰ ਬੀਜੇਪੀ ਨੇ ਐਨ ਡਰਾ ਕੇ, ਜਿਵੇਂ ਕਿ 20 ਦਾ ਰਾਜਵਾਣੇ ਦਾ ਉਹਨਾਂ ਨੇ ਆਉਣਾ ਸੀ ਉਰੇ, 20 ਕੈਂਸਲ ਕਰਵਾਈ, ਉਸੇ ਤਰੀਕੇ ਨਾਲ ਸਾਰੀ ਓਪੋਜੀਸ਼ਨ ਨੂੰ ਕੱਢ ਕੇ ਉਹਨਾਂ ਨੂੰ ਬਿਠਾਇਆ ਹੋਇਆ ਸੀ, ਬੈਠੋ ਇੱਥੇ, ਕਿਉਂਕਿ ਬੜੇ ਬੜੇ ਈ ਡੀ ਦੇ ਕੇਸ ਨੇ ਉਹਨਾਂ ਦੇ ਪਰਿਵਾਰ 'ਤੇ, ਉਹਨਾਂ 'ਤੇ। ਮੈਨੂੰ ਹਾਸਾ 'ਚ ਇਹ ਆਇਆ ਗੱਲ ਦਾ ਵੀ ਇਹ ਗੱਲ ਕਰਨਗੇ, ਇਹ ਉਹ ਲੋਕ ਨੇ, ਇਹ ਬੀਬੀ ਜੀ, ਹਰਸਿਮਰਤ ਕੌਰ ਜੀ, ਸੁੰਦਰ ਸਿੰਘ ਮਜੀਠੀਆ ਜੀ, ਇਹਨਾਂ ਦੇ ਦਾਦਾ ਜੀ, ਜਿਹੜੇ ਕਿ ਉਸ ਵੇਲੇ ਜਲਿਆਂਵਾਲਾ ਬਾਗ, ਜਿਹੜਾ ਮੈਸੇਕਰ, ਜਿਹੜਾ ਐਡਾ ਵੱਡਾ ਕਾਂਡ ਹੋਇਆ ਸਾਡੇ ਪੰਜਾਬੀਆਂ ਦਾ, ਉਹ ਤੋਂ ਪਹਿਲਾਂ ਵੀ ਖਾਣਾ ਖਿਲਾ ਦਿੰਦੇ ਮੰਨਦੇ, ਇਹਨਾਂ ਨੇ ਜਦੋਂ ਉਹਨਾਂ ਨੇ ਕਤਲੇਆਮ ਕੀਤਾ ਉੱਥੇ, ਅੰਨੇ ਵਾਹ ਕਤਲੇਆਮ ਹੋਇਆ, ਉਦੋਂ ਬਾਅਦ ਰਾਤ ਦਾ ਭੋਜ ਕੀਤਾ ਇਹਨਾਂ ਦੇ ਦਾਦਾ ਸ਼੍ਰੀ ਨੇ, ਅਤੇ ਉਦੋਂ ਬਾਅਦ ਦਰਬਾਰ ਸਾਹਿਬ 'ਤੇ ਉਹਨਾਂ ਨੂੰ ਸਰੋਪਾ ਦਿੱਤਾ। ਇਹ ਗੱਲ ਕਰਨਗੇ ਪੰਜਾਬ ਦੀ, ਪੰਜਾਬੀਆਂ ਦੀ। ਉਦੋਂ ਬਾਅਦ ਇਹ ਤੁਹਾਨੂੰ ਪਤਾ, ਪਿਛਲੇ ਦਿਨ ਚੀਫ ਮਿਨਿਸਟਰ ਸਾਹਿਬ ਨੇ ਦੱਸੇ ਵੀ ਕਿੰਨੇ ਅਰਬੀ ਘੋੜੇ ਆ ਜਿਹੜੇ, ਉਹ ਵੀ ਆਪਣੇ ਫਾਰਮ ਹਾਊਸ 'ਤੇ ਲੈ ਗਏ। ਇਹ ਉਹ ਪਰਿਵਾਰ ਆ, ਮੈਂ ਨਹੀਂ ਕਦੇ ਪਹਿਲ ਕਰਦਾ, ਇਹ ਇਹਨਾਂ ਨੂੰ ਆਦਤ ਆ ਸ਼ੁਰੂ ਕਰਨ ਦੀ। ਪਰ ਅੱਜ ਇੱਕ ਹੋਰ ਗੱਲ ਹੋਈ, ਜਦੋਂ ਇਹ ਬਿੱਲ ਉੱਥੇ ਪਾਸ ਹੋ ਰਿਹਾ ਸੀ, ਅਮਿਤ ਸ਼ਾਹ ਜੀ, ਜਦੋਂ ਇਹਨਾਂ ਨੇ ਰਾਜਵਾਣੇ ਦੀ ਗੱਲ ਕੀਤੀ, ਹਿਊਮਨ ਰਾਈਟਸ ਦੀ ਗੱਲ ਕੀਤੀ, ਅਤੇ ਅਮਿਤ ਸ਼ਾਹ ਬਾਅਦ ਜਦੋਂ ਆਪਣਾ ਜਵਾਬ ਦੇ ਰਹੇ ਸੀ, ਉਹਨਾਂ ਨੇ ਕਿਹਾ ਜੇ ਮੈਂ ਉਰੇ ਬੈਠਾ ਹੁੰਦਾ, ਮੌਜੂਦ ਹੁੰਦਾ, ਅਤੇ ਮੈਂ ਇਹ ਮੈਂਬਰ ਨੂੰ ਦੱਸਦਾ ਵੀ ਹਿਊਮਨ ਰਾਈਟਸ ਕੀ ਹੁੰਦੇ ਆ, ਅਤੇ ਅੱਤਵਾਦੀ ਨੂੰ ਕੀ ਕਹਿੰਦੇ ਨੇ, ਅੱਤਵਾਦੀ ਨੂੰ ਇਸ ਸਦਨ 'ਚ ਕਿਵੇਂ ਤੁਸੀਂ ਉਹਨੂੰ ਡਿਫੈਂਡ ਕਰਦੇ ਹੋ ਹਿਊਮਨ ਰਾਈਟਸ ਦੇ ਨਾਂ 'ਤੇ। ਤੀਜੀ ਗੱਲ ਜੋੜੀ ਵੀ ਜਿਹੜੇ ਬੱਚੇ ਪਾਰਲੀਮੈਂਟ 'ਚੋਂ ਬੰਬ ਲੈ ਕੇ ਆਏ ਸੀ ਹਫ਼ਤਾ ਪਹਿਲਾਂ, ਵੀ ਇਹ ਵੀ ਤਾਂ ਆਏ ਸੀ, ਕੋਈ ਗੱਲ ਨਹੀਂ, ਉਸੇ ਤਰੀਕੇ ਰਾਜਵਾਣੇ ਹੁਣੀ ਆ ਗਏ ਸੀ। ਇਹਨਾਂ ਦਾ ਮਤਲਬ ਬਈ ਪਹਿਲਾਂ ਕੋਈ ਵੀ ਕੁਛ ਕਰ ਦੂ, ਕਿਸੇ ਨੂੰ ਵੀ ਮਾਰ ਦੂ, ਉਦੋਂ ਬਾਅਦ ਆਪਾਂ ਉਹਨੂੰ ਛੱਡ ਦਿਉ। ਅਤੇ ਅਮਿਤ ਸ਼ਾਹ ਜੀ ਨੇ ਅੱਜ ਕਿਹਾ ਵੀ ਤੁਹਾਡੀ ਹਿੰਮਤ ਕਿਵੇਂ ਪਈ ਇਹ ਗੱਲ ਕਰਨ ਦੀ ਇਸ ਹਾਊਸ 'ਚ, ਜੇ ਮੌਜੂਦ ਹੁੰਦਾ ਤਾਂ ਮੈਂ ਤੁਹਾਨੂੰ ਉਸੇ ਵੇਲੇ ਟੋਕ ਕੇ ਤੁਹਾਡੇ ਉਹ ਸ਼ਬਦ ਕਟਵਾਉਂਦਾ ਇਸ ਉਹ 'ਚੋਂ। ਚਲੋ ਹੁਣ ਉਦੋਂ ਬਾਅਦ ਲਾ ਲਓ ਗੱਲ। ਮੈਂ ਹਮੇਸ਼ਾ ਕਹਿੰਦਾ ਸ਼ਹੀਦਾਂ ਜਨ ਸਤਿਆਰ ਬੇਅੰਤ ਸਿੰਘ ਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸੀ, ਇਲੈਕਟਿਡ ਮੁੱਖ ਮੰਤਰੀ, ਚੁਣ ਕੇ ਅਮਨ ਸ਼ਾਂਤੀ ਦਿੱਤੀ, ਅਤੇ ਲੋਕ ਅੱਜ ਉਹਨਾਂ ਨੂੰ ਹੱਥਾਂ 'ਤੇ ਚੱਕਦੇ ਆ। ਸਾਨੂੰ ਉਦੋਂ ਬਾਅਦ ਉਹਨਾਂ ਦੇ ਨਾਂ 'ਤੇ ਪਿਆਰ ਦੇ ਕੇ ਲੋਕ ਹਮੇਸ਼ਾ 3-3 ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਲਿਆਏ ਨੇ। ਇਹ ਤਾਂ ਬਾਦਲ ਸਾਹਿਬ ਦੇ ਨਾਂ 'ਤੇ ਆਉਂਦੇ ਆ ਨਾ, ਇੱਕ ਮੁੱਖ ਮੰਤਰੀ ਸੀ, ਉਹਨਾਂ ਦੇ ਸਰਕਾਰਾਂ 'ਚ ਬਣਦੇ ਰਹੇ ਨੇ। ਸਾਨੂੰ ਉਹਨਾਂ ਤੋਂ ਬਾਅਦ ਲੋਕ ਆਪਣੀਆਂ ਗੋਦੀਆਂ 'ਚ, ਆਪਣੇ ਬੁੱਕਲਾਂ 'ਚ, ਆਪਣੀਆਂ ਜੱਫੀਆਂ 'ਚ ਲੈ ਕੇ, ਆਪਣੇ ਬੱਚੇ ਸਮਝ ਕੇ ਇੱਥੇ ਤੱਕ ਪਹੁੰਚਾਇਆ। ਅਤੇ ਦੂਜੀ ਗੱਲ, ਜੇ ਇਹ ਗੱਲ ਕਹਿੰਦੇ ਆ ਨਾ ਵੀ ਉਸ ਵੇਲੇ ਇਸ ਤਰੀਕੇ ਨਾਲ ਲੋਕ ਮਾਰੇ, ਅਤੇ ਬੀਬੀ ਜੀ ਤੁਸੀਂ ਦੱਸਿਓ, ਅੱਜ ਬਾਦਲ ਸਾਹਿਬ ਤਾਂ ਹੈ ਨਹੀਂ, ਸੁਖਬੀਰ ਸਿੰਘ ਬਾਦਲ ਦਾ ਡਿਪਟੀ ਮੁੱਖ ਮੰਤਰੀ ਸੀ, ਤੁਹਾਡੇ ਵੇਲੇ ਡੀ ਜੀ ਪੀ ਕੌਣ ਸੀ? ਬੀਬੀ ਜੀ ਕਦੇ ਆਪਣੀ ਇੰਟਰਵਿਊ ਜਾਂ ਮੀਡੀਆ ਵਾਲੇ ਪੁੱਛਿਓ ਵੀ ਸਭ ਤੋਂ ਵੱਧ ਜਿਨ੍ਹਾਂ ਨੇ ਟੈਰਰਿਸਟ ਮਾਰੇ ਸੀ ਸਮੇਤ ਸਿੰਘ ਸੈਣੀ, ਉਹ ਤੁਹਾਡੇ ਸਭ ਤੋਂ ਚਹੇਤੇ ਅਤੇ ਤੁਹਾਡੇ ਪੰਜਾਬ ਦੇ ਡੀ ਜੀ ਪੀ ਤੁਸੀਂ ਰੱਖੇ? ਇਸੇ ਤਰੀਕੇ ਨਾਲ ਮਲੇਰਕੋਟਲੇ ਤੋਂ ਜਿਹੜੇ ਉਸ ਵੇਲੇ ਐਸ ਐਸ ਪੀ ਸੀ ਅਜ਼ਹਰ ਆਲਮ, ਉਹ ਤੁਹਾਡੇ ਐਮ ਐਲ ਏ ਰਹੇ, ਤੁਹਾਡੇ ਉਦੋਂ ਬਾਅਦ ਜਿਹੜੇ ਚੇਅਰਮੈਨ ਨੇ ਜਿਹੜੀਆਂ ਮਿਨਿਸਟਰੀ ਅਹੁਦੇ ਤੁਸੀਂ ਦਿੱਤੇ, ਉਹ ਕਿਹਦੇ ਕੋਲ ਸੀ? ਇਸ ਕਰਕੇ ਤੁਸੀਂ ਤਾਂ ਦੋਨੋਂ ਪਾਸੇ ਹੋ। ਉਦੋਂ ਬਾਅਦ ਜਿਹੜੇ ਖਾੜਕੂ ਕਹਿੰਦੇ ਆਪਣੇ ਆਪ ਨੂੰ ਵਿਧਾਨ ਸਭਾ ਜਾ ਕੇ, ਵਿਰਸਾ ਸਿੰਘ ਬੰਟੋਆ ਵਰਗੇ, ਉਹ ਵੀ ਤੁਹਾਡੇ ਨਾਲ ਆ।